ਵਿਸ਼ਵ ਪ੍ਰਸਿੱਧ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅੱਸੂ ਦੇ ਨਰਾਤਿਆਂ ਮੌਕੇ ਲੰਗੂਰ ਮੇਲਾ ਲੱਗਦਾ ਅਤੇ ਇਸ ਪ੍ਰਾਚੀਨ ਲੰਗੂਰ ਮੇਲੇ ਦੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬੜੀ ਹੀ ਸ਼ਰਧਾ ਦੇ ਨਾਲ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਨੇ ਅਤੇ ਇਸ ਮੇਲੇ ਦੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਬੜੇ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਨੇ। ਪੂਰੇ ਵਿਸ਼ਵ ਭਰ ਦੇ ਵਿੱਚ ਨਵਰਾਤਰੇ ਮਨਾਏ ਜਾਂਦੇ ਨੇ ਅਤੇ ਅੰਮ੍ਰਿਤਸਰ ਦੇ ਵਿੱਚ ਨਵਰਾਤਰਿਆਂ ਮੌਕੇ ਦਿਨ ਤੋਂ ਹੀ ਇਸ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਜਾਂਦੀ ਹੈ। ਦੱਸ ਦਈਏ ਕਿ ਵਿਸ਼ਵ ਪ੍ਰਸਿੱਧ ਹੈ ਮੇਲਾ ਜਿੱਥੇ ਅੰਮ੍ਰਿਤਸਰ ਦੇ ਸ਼੍ਰੀ ਬੜਾ ਹਨੂੰਮਾਨ ਮੰਦਿਰ ਦੇ ਵਿੱਚ ਬੱਚੇ ਲੰਗੂਰ ਬਣ ਕੇ ਪਹੁੰਚਦੇ ਨੇ। ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਭਗਤ ਨੇ ਇਸ ਮੰਦਿਰ ਪਹੁੰਚਦੇ ਨੇ। ਹਾਲਾਂਕਿ ਪੰਡਿਤ ਜੀ ਦਾ ਕਹਿਣਾ ਹੈ ਕਿ ਇਸ ਮੰਦਿਰ ਦਾ ਇਤਿਹਾਸ 100 ਸਾਲ ਪੁਰਾਣਾ। ਪੁਰਾਤਨ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੀ ਮੰਦਿਰ ਵਿਖੇ ਹਰ ਸਾਲ ਲੰਗੂਰ ਮੇਲਾ ਲੱਗਦਾ, ਜੋ ਕਿ ਅੱਸੂ ਦੇ ਨਰਾਤਿਆਂ ਮੌਕੇ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਅਤੇ ਪਰੰਪਰਿਕ ਪੋਸ਼ਾਕਾਂ ਧਾਰਨ ਕਰਕੇ ਲੰਗੂਰ ਪ੍ਰਭੂ ਸ਼੍ਰੀ ਹਨੂੰਮਾਨ ਜੀ ਅੱਗੇ ਨਤਮਸਤਕ ਹੋਣ ਪਹੁੰਚਦੇ ਨੇ ਅਤੇ ਉਹਨਾਂ ਦਾ ਆਸ਼ੀਰਵਾਦ ਵੀ ਲੈਂਦੇ ਨੇ। ਇਹ ਹਨੂੰਮਾਨ ਜੀ ਕਾ ਮੰਦਿਰ ਹੈ, ਬੈਠੀ ਹੋਈ ਯਹਾਂ ਪਰ ਮੂਰਤੀ ਹੈ ਔਰ ਰਾਮਾਇਣ ਕਾਲ ਸੇ ਇਹ ਮੂਰਤੀ ਹੈ, ਬਹੁਤ ਹੀ ਪ੍ਰਾਚੀਨ ਹੈ। ਜਿਨਕੇ ਸੰਤਾਨ ਨਹੀਂ ਹੋਤੀ ਹੈ ਵੋ ਹਨੂੰਮਾਨ ਜੀ ਕੇ ਮੰਦਿਰ ਮੇ ਆ ਕਰਕੇ ਯਹਾਂ ਪਰ ਮੱਥਾ ਟੇਕਤੇ ਹੈ ਔਰ ਉਨਕੀ ਝੋਲੀ ਮੇ ਫਲ ਡਾਲਾ ਜਾਤਾ ਹੈ। ਜਬ ਉਨਕੇ ਸੰਤਾਨ ਹੋ ਜਾਤੀ ਹੈ ਫਿਰ ਉਸ ਬੱਚੇ ਕੋ ਵੋ ਲੰਗੂਰ ਬਣਾਤੇ ਹੈ, ਵੋ 10 ਦਿਨ ਤੱਕ ਪੂਰੇ ਦੋਨੋਂ ਟਾਈਮ ਆ ਕਰਕੇ ਮੱਥਾ ਟਿਕਾਤੇ ਹੈ। ਕੱਲ ਪਹਿਲਾ ਨਵਰਾਤਰਾ ਹੈ, ਕੱਲ ਸੁਬਹ ਸੇ ਹੀ ਵੋ 3 ਵਜੇ ਸੇ ਹੀ ਆ ਜਾਤੇ ਹੈ ਔਰ ਆ ਕਰਕੇ ਪਹਿਲੇ ਪੂਜਾ ਕਰਾਤੇ ਹੈ। ਪੂਜਾ ਕਰਾਣੇ ਕੇ ਬਾਅਦ ਮੈਂ ਲਾਲ ਚੋਲਾ ਡਾਲ ਕਰਕੇ ਵੋ ਮੱਥਾ ਟੇਕਤੇ ਹੈ। ਸੁਬਹ 4 ਵਜੇ ਹਨੂੰਮਾਨ ਜੀ ਕਾ ਮੰਦਿਰ ਖੁੱਲ ਜਾਤਾ ਹੈ ਔਰ ਉਸਕੇ ਬਾਅਦ ਮੈਂ ਵੋ ਮੱਥਾ ਟੇਕਣੇ ਕੇ ਬਾਅਦ ਫਿਰ ਸ਼ਾਮ ਕੋ ਦੁਬਾਰਾ ਆਤੇ ਹੈ ਔਰ ਦੁਬਾਰਾ ਮੱਥਾ ਟੇਕਤੇ ਹੈ ਔਰ ਹਨੂੰਮਾਨ ਜੀ ਕਾ ਪ੍ਰਸਾਦ ਲੈ ਕਰਕੇ ਜਾਤੇ ਹੈ। ਐਸੇ ਵੀ ਰੋਜ਼ਾਨਾ 10 ਦਿਨ ਤੱਕ ਰੋਜ਼ਾਨਾ ਸੁਬਹ ਸ਼ਾਮ ਦੋਨੋਂ ਟਾਈਮ ਆ ਕਰਕੇ ਮੱਥਾ ਟੇਕਤੇ ਹੈ ਔਰ ਹਨੂੰਮਾਨ ਜੀ ਕਾ ਆਸ਼ੀਰਵਾਦ ਲੈ ਕਰਕੇ 10ਵੇਂ ਦਿਨ ਵੋ ਆਪਣਾ ਕੱਪ ਚੋਲਾ ਉਤਾਰ ਕਰਕੇ ਹਨੂੰਮਾਨ ਜੀ ਕੇ ਮੰਦਿਰ ਮੇ ਚੜ੍ਹਾ ਦੇਤੇ ਹੈ ਔਰ ਹਨੂੰਮਾਨ ਜੀ ਸੇ ਆਸ਼ੀਰਵਾਦ ਲੈ ਕਰਕੇ ਫਿਰ ਵੋ ਆਪਣੇ ਯਹਾਂ ਚਲੇ ਜਾਤੇ ਹੈ। ਪੂਰੀ ਇੰਡੀਆ ਕਿਆ ਪੂਰੇ ਵਿਸ਼ਵ ਸੇ ਲੋਕ ਆਤੇ ਹੈ ਯਹਾਂ ਪਰ ਔਰ ਹਨੂੰਮਾਨ ਜੀ ਕੇ ਮੰਦਿਰ ਮੇ ਆ ਕਰਕੇ ਮੱਥਾ ਟੇਕਤੇ ਹੈ ਔਰ ਜਿਨ ਬੱਚੋਂ ਨੇ ਲੰਗੂਰ ਬਣੇ ਹੋਤੇ ਹੈ ਵੋ ਆ ਕਰਕੇ ਯਹੀਂ ਪਰ 10 ਦਿਨ ਤੱਕ ਰੁਕਤੇ ਹੈ ਔਰ 10 ਦਿਨ ਕੇ ਬਾਅਦ ਮੇ ਫਿਰ ਵੋ ਜਾਤੇ ਹੈ। ਬਹੁਤ ਹੀ ਪ੍ਰਾਚੀਨ ਮੰਦਿਰ ਹੈ, ਰਾਮਾਇਣ ਕਾਲ ਕਾ ਯੇ ਮੰਦਿਰ ਹੈ। ਜਬ ਰਾਮ ਜੀ ਨੇ ਅਸ਼ਵਮੇਧ ਯੱਗ ਕੀਆ ਥਾ ਉਸ ਸਮੇਂ ਘੋੜਾ ਚੋੜਾ ਥਾ ਤੋ ਲਵਕੁਸ਼ ਨੇ ਉਸ ਘੋੜੇ ਕੋ ਪਕੜਾ ਥਾ ਤੋ ਯਹਾਂ ਪਰ ਜੋ ਵਾਲਮੀਕ ਜੀ ਕਾ ਆਸ਼ਰਮ ਹੈ ਥੋੜੇ ਹੀ ਪਾਸ ਮੇ ਹੈ ਔਰ ਹਨੂੰਮਾਨ ਜੀ ਯਹਾਂ ਪਰ ਆਏ ਹੈ ਤੋ ਰਾਮ ਜੀ ਕੀ ਪੂਰੀ ਸੈਨਾ ਕੇ ਸਾਥ ਲਵਕੁਸ਼ ਕਾ ਯੁੱਧ ਹੁਆ ਹੈ। ਹਨੂੰਮਾਨ ਜੀ ਨੇ ਉਨਕੇ ਸਾਥ ਯੁੱਧ ਨਹੀਂ ਕੀਆ ਹੈ। ਜਬ ਹਨੂੰਮਾਨ ਜੀ ਨੇ ਦਿਖਾ ਕਿ ਇਹ ਕੌਣ ਹੈ, ਇਤਨੇ ਛੋਟੇ ਛੋਟੇ ਬੱਚੇ ਹੈ ਔਰ ਇਹਨਾਂ ਨੇ ਪੂਰੀ ਸੈਨਾ ਕੋ ਪਰਾਸਤ ਕਰ ਦਿਆ ਹੈ ਤੋ ਉਹਨਾਂ ਨੇ ਧਿਆਨ ਲਗਾ ਕਰ ਦੇਖਾ ਹੈ ਤੋ ਉਹਨਾਂ ਨੇ ਹਨੂੰਮਾਨ ਜੀ ਨੇ ਲਵਕੁਸ਼ ਕੇ ਅੰਦਰ ਔਰ ਰਾਮ ਜੀ ਕੇ ਦਰਸ਼ਨ ਕੀਏ ਹੈ। ਉਹਨਾਂ ਕਾ ਇਹ ਤੋ ਸਾਖਿਆਤ ਪ੍ਰਭੂ ਕਾ ਅਵਤਾਰ ਹੈ, ਮੈਂ ਇਨਕੇ ਸਾਥ ਯੁੱਧ ਨਹੀਂ ਕਰੂੰਗਾ। ਫਿਰ ਉਹਨਾਂ ਨੇ ਹੱਥ ਜੋੜ ਕਰਕੇ ਬੈਠ ਗਏ ਹੈ ਔਰ ਉਨਸੇ ਮਾਫੀ ਮੰਗੀ ਹੈ ਤੋ ਲਵਕੁਸ਼ ਨੇ ਕਿਹਾ ਕਿ ਤੁਮ ਬਹੁਤ ਚਾਲਾਕ ਹੋ ਤੋ ਲਵਕੁਸ਼ ਨੇ ਉਨਕੋ ਹਨੂੰਮਾਨ ਜੀ ਕੋ ਯਹੀਂ ਪਰ ਵਰਖ ਸੇ ਬਾਂਧ ਦਿਆ ਹੈ ਔਰ ਤਭੀ ਸੇ ਇਹ ਬੈਠੀ ਮੁਦਰਾ ਮੇ ਹਨੂੰਮਾਨ ਜੀ ਕੀ ਮੂਰਤੀ ਹੈ ਔਰ ਕਹੀਂ ਪੇ ਵੀ ਐਸੀ ਬੈਠੀ ਹੋਈ ਨਹੀਂ ਹੈ। ਤਭੀ ਸੇ ਇਹ ਮੰਨਤ ਹੈ ਕਿ ਜਿਨਕੇ ਸੰਤਾਨ ਨਹੀਂ ਹੋਤੀ ਹੈ ਤੋ ਹਨੂੰਮਾਨ ਜੀ ਬੱਚੋਂ ਪਰ ਪ੍ਰਸੰਨ ਹੋਤੇ ਹੈ ਔਰ ਬੱਚੇ ਕੋ ਕੇ ਰੂਪ ਮੇ ਫਲ ਦਿਆ ਜਾਤਾ ਹੈ, ਉਸਸੇ ਸੰਤਾਨ ਹੋਤੀ ਹੈ, ਫਿਰ ਉਨਕੋ ਲੰਗੂਰ ਬਣਾਇਆ ਜਾਤਾ ਹੈ ਔਰ ਤਭੀ ਸੇ ਇਹ ਪ੍ਰਥਾ ਚਲੀ ਆਈ ਹੈ। ਬਹੁਤ ਪ੍ਰਾਚੀਨ ਪ੍ਰਥਾ ਹੈ, ਰਾਮਾਇਣ ਕਾਲ ਸੇ ਇਹ ਮੰਦਿਰ ਜੁੜਾ ਹੁਆ ਹੈ ਔਰ ਤਭੀ ਸੇ ਇਹ ਹਨੂੰਮਾਨ ਜੀ ਕੀ ਯਹਾਂ ਪਰ ਮੰਨਤ ਹੈ ਔਰ ਸਭੀ ਕੀ ਮਨੋਕਾਮਨਾ ਵੋ ਪੂਰੀ ਕਰਤੇ ਹੈ। ਹਾਂਜੀ 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 ਪੂਰੇ ਵਿਸ਼ਵ ਮੇ ਯਹੀ ਇੱਕ ਮੰਦਿਰ ਹੈ ਜਿਸਮੇ ਹਨੂੰਮਾਨ ਜੀ ਬਣਾਇਆ ਜਾਤਾ ਜੋ ਲੰਗੂਰ ਬਣਤੇ ਹੈ ਔਰ ਕਹੀਂ ਪੇ ਵੀ ਐਸੇ ਲੰਗੂਰ ਨਹੀਂ ਬਣਾਏ ਜਾਤੇ ਹੈ। ਹਾਂ
नहीं नहीं छोटे बच्चे तो लंगूर बनते हैं, फिर उसके बाद में जब वो बड़े हो जाते हैं तो फिर वो बाना पहनते हैं, बड़े हनुमान के रूप में बनते हैं, हनुमान जी के दास यानी सेवक जो होते हैं उनकी सेवा भाव में वो बनते हैं, वो फिर बनते हैं। नहीं नहीं कमेटी की पूरी व्यवस्था होती है यहाँ पे, लंगर की व्यवस्था है, रुकने की व्यवस्था है, यहाँ पे धर्मशाला है, फ्री में धर्मशाला है कमेटी की ओर से, वहाँ कोई खर्चा नहीं लगता है, लंगर की व्यवस्था है, रुकने की पूरी व्यवस्था है, और जो छोटे बच्चे लंगूर बनते हैं उनको बाकायदा टेंट ऊपर लगाया, धूप से बचने के लिए उनको जल पिलाया जाता है, जल की व्यवस्था रहती है, और भक्त साथ में रहते हैं उनके में किसी परेशानी की ना हो इसलिए उनकी पूरी देख रेख रहती है, कमेटी के द्वारा सारी व्यवस्था चलाई जाती है, पूरा कमेटी का सहयोग है इसमें। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਮੰਡੀ ਗੋਬਿੰਦਗੜ੍ਹ ਪੁਲਿਸ ਦੇ CIA ਸਟਾਫ ਸਰਹੰਦ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਹੱਲ ਕਰ ਲਿਆ ਗਿਆ। ਦਰਅਸਲ ਇਸ ਦਾ ਖੁਲਾਸਾ ਅਮਲੋ ਸਬ ਡਿਵੀਜ਼ਨ ਦੇ DSP ਵੱਲੋਂ ਕੀਤਾ ਗਿਆ। ਤਾਂ ਪ੍ਰੈਸ ਵਾਰਤਾ ਦੇ ਦੌਰਾਨ ਉਹਨਾਂ ਦੱਸਿਆ ਕਿ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਕੋਟਲਾ ਦੇ ਖੇਡ ਮੈਦਾਨ ਦੇ ਵਿੱਚ ਮਿਲੀ ਨੌਜਵਾਨ ਦੀ ਲਾਸ਼ ਦਾ। ਤਾਂ ਅਮਲੋ ਸਬ ਡਿਵੀਜ਼ਨ ਦੇ DSP ਦਾ ਕਹਿਣਾ ਹੈ ਕਿ ਮ੍ਰਿਤਕ ਦੀ ਹੱਤਿਆ ਗਲਾ ਵੱਢ ਕੇ ਕੀਤੀ ਗਈ ਹੈ ਅਤੇ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਕਤਲ ਦਾ ਆਰੋਪੀ ਮ੍ਰਿਤਕ ਦੀ ਭਰਜਾਈ 'ਤੇ ਮਾੜੀ ਅੱਖ ਰੱਖਦਾ ਸੀ ਅਤੇ ਮ੍ਰਿਤਕ ਦੋਸ਼ੀ ਨੂੰ ਘਰ ਆਉਣ ਤੋਂ ਰੋਕਦਾ ਸੀ। ਜਿਸ ਦੀ ਖੁੰਦਕ ਦੇ ਵਿੱਚ ਉਸਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਭਰਜਾਈ 'ਤੇ ਮਾੜੀ ਅੱਖ ਰੱਖਣ ਵਾਲੇ ਉਸ ਵਿਅਕਤੀ ਨੂੰ ਰੋਕਣਾ ਇਸ ਮੁੰਡੇ ਨੂੰ ਕਾਫ਼ੀ ਮਹਿੰਗਾ ਪੈ ਗਿਆ, ਜਿਸ ਦੇ ਚੱਲਦਿਆਂ ਉਸੇ ਸ਼ਖਸ ਦੇ ਵੱਲੋਂ ਗਲਾ ਵੱਢ ਕੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 28/9/24 ਨੂੰ ਪਿੰਡ ਕੋਟਲਾ ਜਿਹੜਾ ਉੱਥੇ ਖੇਡ ਮੈਦਾਨ ਹੈ ਉੱਥੇ ਇੱਕ ਮਰਡਰ ਹੋ ਗਿਆ ਸੀਗਾ। 9 ਵਜੇ ਕਰੀਬ ਮਰਡਰ ਹੋਇਆ ਸੀ, ਸਾਨੂੰ 10 ਵਜੇ ਸਾਡੇ ASI ਸਾਹਿਬ ਨੂੰ ਸਲਾਹ ਮਿਲੀ ਸੀਗੀ। ਰਾਤ ਨੂੰ ਹੀ SHO ਗੋਬਿੰਦਗੜ੍ਹ ਇੰਸਪੈਕਟਰ ਅਰਸ਼ਦੀਪ ਅਤੇ ਮੈਂ ਮੌਕੇ 'ਤੇ ਪਹੁੰਚ ਗਏ ਸੀ, ਅਸੀਂ 10 ਵਜੇ ਸਮੇਤ ਸਾਡੀ ਟੀਮ ਉੱਥੇ ਜਾ ਕੇ ਦੇਖਿਆ ਹਾਲਾਤ ਸੀ ਜੋ ਉਹਦੀ ਹਰਦੀਪ ਸਿੰਘ ਹੈ 32 ਸਾਲ ਦੀ ਉਮਰ ਹੈ, ਨੌਜਵਾਨ ਦੀ ਸ਼ਾਦੀਸ਼ੁਦਾ ਹੈ, ਉਹਦੀ ਗਰਦਨ ਕੱਟੀ ਹੋਈ ਸੀ। ਅਤੇ ਉੱਥੇ ਜਾ ਕੇ ਅਸੀਂ ਉਹਦੀ ਜਿਹੜੀ ਬੋਡੀ ਨੂੰ ਕਬਜ਼ਾ ਪੁਲਿਸ ਦੇ ਵਿੱਚ ਲਿਆ, ਜੋ ਸੈਂਪਲ ਸੀ ਚੁੱਕੇ ਉੱਥੇ ਸਾਡੇ ਜਿਹੜੇ ਮਾਹਰ ਦੀ ਟੀਮ ਵੀ ਮੌਕੇ 'ਤੇ ਬੁਲਾਈ ਸੀਗੀ। ਅਤੇ ਉਹਦੇ ਸੰਬੰਧ ਵਿੱਚ ਸਾਡੀ ਮਾਣਯੋਗ SSP ਸਾਹਿਬ ਫਤਿਹਗੜ੍ਹ ਰਵਜੋਤ ਗਰੇਵਾਲ ਅਤੇ SPD ਸਾਹਿਬ ਦੇ ਹੁਕਮਾਂ 'ਤੇ ਸਾਡੀ CA ਦੀ ਟੀਮ ਅਤੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਟੀਮ ਵੱਖ ਵੱਖ ਟੀਮਾਂ ਲਾ ਕੇ ਅਸੀਂ ਇਹਦੀ ਵੱਖਰੇ ਵੱਖਰੇ ਐਂਗਲਾਂ ਤੋਂ ਇਹਦੀ ਤਫਤੀਸ਼ ਕੀਤੀ। ਜੋ ਸਾਨੂੰ ਤਰ੍ਹਾਂ ਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਵੀ ਕਿ ਜਿਹੜਾ ਜਗਤ ਰਾਮ ਹੈਗਾ ਉਹ ਇਸ ਪਰਿਵਾਰ ਦੇ ਨਾਲ ਜਿਹਦੇ ਮੁੰਡੇ ਦੀ ਮੌਤ ਹੋਈ ਹੈ 10-12 ਸਾਲਾਂ ਤੋਂ ਬੜੇ ਗੂੜੇ ਸੰਬੰਧ ਸੀ, ਨੇੜਲੇ ਸੰਬੰਧ ਸੀਗੇ, ਘਰ ਦੇ ਵਿੱਚ ਆਉਣਾ ਜਾਣਾ ਸੀਗਾ। ਅਤੇ ਇਹਨਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਜਿੱਦਾਂ ਇਹ ਹਰਦੀਪ ਦਾ ਭਰਾ ਹੈਗਾ ਨੋਨੀ, ਉਹਦੀ ਮੈਰਿਜ ਹੋਈ ਸੀਗੀ ਅਤੇ ਉਹ ਮੈਰਿਜ ਦੇ ਵਿੱਚ ਜਿਹੜੀ ਲੜਕੀ ਵਿਆਹੀ ਹੋਈ ਸੀਗੀ ਤਾਂ ਉਹਨੂੰ ਇਹਨੇ ਬੈਡ ਟੱਚ ਕੀਤਾ ਸੀਗਾ, ਜਿਹੜਾ ਦੋਸ਼ੀ ਹੈ ਜਗਤ ਰਾਮ। ਬੈਡ ਟੱਚ ਕਰਕੇ ਉਹ ਕੁੜੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੇ ਇਸ ਜਗਤ ਰਾਮ ਨੂੰ ਘੂਰਿਆ, ਇਹਨੇ ਮਾਫ਼ੀ ਮੰਗੀ, ਇਹਨੇ ਆਪਣੀ ਪੱਗ ਲਾ ਕੇ ਉਸ ਪਰਿਵਾਰ ਦੇ ਪੈਰਾਂ ਧਰੀ। ਤਾਂ ਇਹ ਗੱਲ ਤੋਂ ਲੈ ਕੇ ਇਹ ਹਰਟ ਹੋ ਗਿਆ ਸੀ, ਦੁਖੀ ਹੋ ਗਿਆ ਸੀ ਵੀ ਜਿਸ ਘਰ ਦੇ ਵਿੱਚ ਮੇਰੀ ਇੰਨੀ ਜ਼ਿਆਦਾ ਮੁਖਤਿਆਰੀ ਸੀ, ਮੇਰੀ ਚੱਲਦੀ ਸੀ, ਉਸ ਘਰ ਦੇ ਵਿੱਚ ਮੇਰੀ ਇੰਸਲਟ ਹੋ ਗਈ ਹੈ, ਮੇਰੀ ਬੇਇੱਜ਼ਤੀ ਹੋ ਗਈ ਹੈ। ਤਾਂ ਇਹਨੇ ਉਸਦਾ ਬਦਲਾ ਲੈਣ ਲਈ ਰਾਤ ਨੂੰ ਉਹਦੀ ਜਿਹੜੀ ਹੈ ਗਰਦਨ ਛੁਰੀ ਨਾਲ ਚਾਕੂ ਨਾਲ ਉੱਤੇ ਵਾਰ ਕਰਕੇ ਉਹਦੀ ਮੌਤ ਕਰ ਦਿੱਤੀ। ਇਹ ਉਸ ਤੋਂ ਪਹਿਲਾਂ ਉਹਦੇ ਨਾਲ ਇਕੱਠੇ ਹੋਏ ਨੇ ਕਿ ਇਕੱਠੇ ਇਹਨਾਂ ਨੇ ਇੱਕ ਦੁਕਾਨ ਦੇ ਵਿੱਚ ਗਿਆ ਮੰਡੀ ਗੋਬਿੰਦਗੜ੍ਹੀ, ਦੁਕਾਨ ਤੋਂ ਇਹਨਾਂ ਨੇ ਇਹਨੂੰ ਕੱਪੜੇ ਲਏ ਨੇ ਕਿ ਮਰਨ ਵਾਲੇ ਤੋਂ ਇਹਨੇ ਕੱਪੜੇ ਲਏ ਨੇ ਕਿ ਕਾਲੀ ਟੀ ਸ਼ਰਟ ਕਾਲਾ ਪਰਨਾ, ਉੱਥੇ ਹੀ ਇਹਨੇ ਬੰਨਿਆ ਹੈਗਾ, ਬੰਨ੍ਹ ਕੇ ਉਸ ਤੋਂ ਬਾਅਦ ਇਹਨੇ ਛੁਰੀ ਲਈ ਹੈਗੀ, ਨਾਰੀਅਲ ਲਿਆ ਹੈਗਾ,
ਜਾ ਕੇ ਉਸ ਪਿੰਡ ਜਿਹੜੀ ਸਮਾਧ ਬਣੀ ਹੈਗੀ, ਜਿਹੜਾ ਹਰਦੀਪ ਸਿੰਘ ਹੈ ਜਿਹਦੀ ਮੌਤ ਹੋਈ ਉਹਦੇ ਵੱਡ ਵਡੇਰੇ ਸਮਾਧ ਬਣੀ ਆ, ਉੱਥੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਫਿਰ ਇਹਨੂੰ ਗਰਾਊਂਡ 'ਚ ਲੈ ਗਏ। ਗਰਾਊਂਡ 'ਚ ਜਾ ਕੇ ਇਹਨੇ ਕਿਹਾ ਵੀ ਦੂਰੋਂ ਬੈਠ ਕੇ ਹੁਣ ਸਮਾਧ ਨੂੰ ਮੱਥਾ ਟੇਕ। ਜਦੋਂ ਉਹਨੇ ਅੱਖਾਂ ਬੰਦ ਕਰਕੇ ਮੱਥਾ ਟੇਕਿਆ ਤਾਂ ਇਹਨੇ ਉਹਦੀ ਗਰਦਨ 'ਤੇ ਵਾਰ ਕਰਕੇ ਉਹਦੀ ਮੌਤ ਕਰ ਦਿੱਤੀ ਹੈ। ਅਤੇ ਉਹਨੂੰ ਅਸੀਂ ਕੱਲ੍ਹ ਟਰੇਸ ਕਰਕੇ ਇਹਨੂੰ ਫੜ ਲਿਆ ਸੀ, ਦੋਸ਼ੀ ਨੂੰ ਫੜ ਲਿਆ ਸੀਗਾ। ਫੜ ਕੇ ਉਹਦਾ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਉਹਦਾ ਰਿਮਾਂਡ ਲਿਆ। ਅਤੇ ਜਿਹੜਾ ਇਹਨੇ ਉਹਦੇ ਵਿੱਚ ਹਥਿਆਰ ਵਰਤਿਆ ਸੀਗਾ ਉਹ ਵੀ ਰਿਕਵਰ ਕਰ ਲਿਆ। ਜਿਹੜੇ ਇਹਨੇ ਉਸ ਵੇਲੇ ਕੱਪੜੇ ਪਾਏ ਹੋਏ ਸੀਗੇ ਮਰਡਰ ਕਰਨ ਵੇਲੇ ਉਹ ਵੀ ਅਸੀਂ ਰਿਕਵਰ ਕਰ ਲਏ ਨੇਗੇ। ਅਤੇ ਹੋਰ ਕੁਛ ਇੱਥੋਂ ਰਿਕਵਰੀ ਆ ਰਹਿੰਦੀ ਹੈ, ਹੁਣ ਇਹਦਾ ਰਿਮਾਂਡ ਲੈ ਗਿਆ। ਬਾਕੀ ਦੀ ਜਿਹੜੀ ਤਫਤੀਸ਼ ਜਾਰੀ ਹੈਗੀ, ਅੱਗੇ ਹੋਰ ਤਫਤੀਸ਼ ਦੇ ਵਿੱਚ ਕੀ ਆਉਂਦਾ ਉਹ ਅੱਗੇ ਜਾ ਕੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਨਹੀਂ, ਇਹ ਇੱਕ ਬੇਸਿਕਲੀ ਇਹਦਾ ਕੋਈ ਜਿਹੜਾ ਪਿਛੋਕੜ ਦਾ ਕੋਈ ਕ੍ਰਾਈਮ ਨਹੀਂ ਹੈਗਾ। ਇਹਦੇ ਜਿਹੜੇ ਮਾਂ ਪੇਰੈਂਟਸ ਨੇ ਹੈਗੇ ਉਹ ਅਦਰ ਸਟੇਟ ਤੋਂ ਇੱਥੇ ਸ਼ਿਫਟ ਹੋਏ ਨੇ। ਇਹਦਾ ਜਿਹੜਾ ਦੋਸ਼ੀ ਹੈ ਇਹਦਾ ਜਨਮ ਇੱਥੋਂ ਦਾ ਹੀ ਹੈ, ਇਹ ਸਰਦਾਰ ਹੈ, ਪੱਗ ਬੰਨਦਾ ਹੈਗਾ। ਅਤੇ ਪੂਜਾ ਪਾਠ ਵੱਲ ਵੀ ਇਹਦਾ ਕਾਫੀ ਧਿਆਨ ਹੈ। ਵਿੱਚ ਇਹਨੇ ਨਾ, ਤੁਹਾਨੂੰ ਅਸੀਂ ਵਿੱਚ ਐਡ ਗੱਲ ਕਰਦੇ ਹਾਂ, ਇਹਨੇ ਨਾ ਮਰਡਰ ਕਰਨ ਤੋਂ ਥੋੜ੍ਹੇ ਦਿਨ ਪਹਿਲਾਂ ਇਹ ਫੋਨ ਦੇ ਵਿੱਚ ਯੂਟਿਊਬ 'ਤੇ ਸਰਚ ਕਰਦਾ ਕਿ ਅਗਰ ਕਿਸੇ ਦੀ ਕਿਹੜੀ ਨਸ ਵੱਢੀ ਜਾਵੇ ਧੋਣ ਦੀ ਤਾਂ ਉਹਦੀ ਮੌਤ ਹੋ ਸਕਦੀ ਹੈਗੀ, ਜਾਂ ਇਹਨੂੰ ਧਤੂਰੇ ਦੇ ਜ਼ਿਆਦਾ ਬੀ ਪਿਆਈਏ ਬੀ ਦਿੱਤੇ ਜਾਣ ਤਾਂ ਬੰਦੇ ਦੇ ਕੀ ਰਿਐਕਟ ਹੁੰਦਾ ਹੈ। ਪਰ ਇਹਨੇ ਇਸ ਤਰ੍ਹਾਂ ਦੀਆਂ ਕਾਫੀ ਯੂਟਿਊਬ ਸਰਚ ਕੀਤੀ ਹੋਈ ਹੈ। ਤੋ ਇਹ ਸਾਰੀਆਂ ਗੱਲਾਂ ਇਹਦੇ ਖਿਲਾਫ ਸੀਗੀਆਂ। ਬਾਕੀ ਸਾਰੀ ਹੋਰ ਜਿਹੜੀ ਸਾਡੀ ਤਫਤੀਸ਼ ਹੈਗਾ ਪਾਰਟ ਆਫ, ਸਾਰੀਆਂ ਗੱਲਾਂ ਇਹਦੇ ਖਿਲਾਫ ਗਈਆਂ ਨੇ ਕੀ। ਅਤੇ ਇਹਨੇ ਮਾਨਯੋਗ ਅਦਾਲਤ ਵਿੱਚ ਮੈਨੂੰ ਆਯੂ ਸਾਹਿਬ ਦੱਸਦੇ ਆ ਵੀ ਇਹਨੇ ਜੱਜ ਸਾਹਿਬ ਕੋਲੇ ਆਪ ਵੀ ਬੇਨਤੀ ਕਰਕੇ ਕੀਤੀ ਆ ਵੀ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਵੀ ਇਹਦੀ ਮਾਫ਼ੀ ਮਿਲ ਸਕਦੀ ਹੈਗੀ। ਸੋ ਇਹ ਸਾਰੀਆਂ ਗੱਲਾਂ ਇਹਦੇ ਖਿਲਾਫ ਨੇ ਗਈਆਂ। ਬਾਕੀ ਇਹਦਾ ਪਿਛੋਕੜ ਦਾ ਕੋਈ ਕ੍ਰਾਈਮ ਨਹੀਂ ਹੈਗਾ ਇਸ ਤਰ੍ਹਾਂ ਦਾ। ਲੁਧਿਆਣਾ ਦੇ ਕਾਰੋਬਾਰਾ ਰੋਡ ਸਲੇਮ ਟਾਬਰੀ ਇਲਾਕੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਹੈ, ਜਿਸ ਵੇਲੇ ਚਾਰ ਲੁਟੇਰਿਆਂ ਦੇ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਕੀਤੀ ਗਈ। ਦਰਅਸਲ ਹਥਿਆਰਾਂ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ ਆਪਣੀ ਦੁਕਾਨ ਤੇ ਬੈਠਾ ਸੀ ਕਿ ਇਸੇ ਦੌਰਾਨ ਹੀ ਚਾਰ ਨੌਜਵਾਨ ਨਕਾਬਪੋਸ਼ ਉਸ ਦੀ ਦੁਕਾਨ ਤੇ ਪਹੁੰਚਦੇ ਨੇ ਤੇ ਆਉਂਦਿਆਂ ਪਹਿਲਾਂ ਤਾਂ ਸਮਾਨ ਵਿਖਾਉਣ ਦੇ ਲਈ ਕਹਿੰਦੇ ਨੇ ਤੇ ਫਿਰ ਰਿਵੋਲਵਰ ਕੱਢ ਕੇ ਉਸਨੂੰ ਧਮਕਾਇਆ ਜਾਂਦਾ ਹੈ। ਇਸੇ ਦਰਮਿਆਨ ਚਾਂਦੀ ਦੀਆਂ ਚੈਨਾਂ ਤੇ 2000 ਦੀ ਨਗਦੀ ਲੁੱਟ ਕੇ ਇੱਥੋਂ ਫਰਾਰ ਹੋ ਗਏ ਨੇ। ਹਾਲਾਂਕਿ ਸਾਰੀ ਵਾਰਦਾਤ CCTV ਕੈਮਰਿਆਂ ਦੇ ਵਿੱਚ ਕੈਦ ਹੋਈ ਹੈ। ਉੱਧਰ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ, ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪਰ ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਲੁੱਟ ਦੀ ਵਾਰਦਾਤ ਹੋਈ ਹੈ ਉਸ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਹੀ ਥਾਣਾ ਸੀ, ਜਿਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਇਹਨਾਂ ਲੁਟੇਰਿਆਂ ਦੇ ਹੌਸਲੇ ਦਿਨ ਦਿਹਾੜੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ। ਹੁਣ ਵੇਖਣਾ ਹੋਏਗਾ ਕਿ ਆਖਰ ਇਹ ਲੁਟੇਰੇ ਪੁਲਿਸ ਦੇ ਵੱਲੋਂ ਕਦ ਤੱਕ ਕਾਬੂ ਕੀਤੇ ਜਾਂਦੇ ਨੇ। ਰਾਹੁਲ ਵਰਮਾ ਕੀ ਹੋਇਆ ਜੀ? ਚਾਰ ਲੁਟੇਰੇ ਆਏ ਨੇ ਜੀ, ਨਕਾਬਪੋਸ਼ ਸੀਗੇ ਉਹ। ਆ ਕੇ ਕਹਿੰਦੇ ਕਿ ਪਹਿਲਾਂ ਚੈਨਾਂ ਦਿਖਾ ਦਿਓ ਚਾਂਦੀ ਦੀਆਂ। ਉਹਨਾਂ ਨੂੰ ਪਹਿਲਾਂ ਤਾਂ ਮਨ੍ਹਾ ਕੀਤਾ ਅਤੇ ਫਿਰ ਉਹ ਆਪ ਹੀ ਧੱਕੇ ਦੇ ਨਾਲ ਕਾਊਂਟਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਉਹ ਰੁਕੇ। ਫਿਰ ਉਹਨਾਂ ਨੇ ਚੈਨਾਂ ਦੇਖੀਆਂ ਕਿ ਗੱਲੇ ਦੇ ਕੋਲ ਹੀ ਇੱਥੇ ਕੰਡੇ ਦੇ ਕੋਲ ਚੈਨ ਕੋਈ ਪਈ ਸੀਗੀ ਸਾਡੀ। ਉਹ ਕਾਫੀ ਦੇਰ ਉਹਦੇ ਨਾਲ ਦੇਖਦੇ ਰਹੇ। ਫਿਰ ਬਾਅਦ ਦੇ ਵਿੱਚ ਜਿਹੜੀਆਂ 2 ਚੈਨਾਂ 3 ਚੈਨਾਂ ਹੋਰ ਉੱਪਰ ਪਈਆਂ ਹੋਣਗੀਆਂ ਇੱਥੇ, ਉਹ ਚੱਕ ਕੇ ਉਹਨਾਂ ਨੇ ਆਪਣੀ ਪਿੱਛੇ ਵਾਲੀ ਜੇਬ 'ਚ ਪਾ ਲਈ। ਬਾਅਦ ਦੇ ਵਿੱਚ ਨਾਲ ਹੀ ਉਹਦੇ ਕੈਸ਼ ਪਿਆ ਸੀਗਾ, ਉਹ ਕੈਸ਼ ਚੱਕਿਆ ਅਤੇ ਫਿਰ ਮਾਮਾ ਜੀ ਨੂੰ ਕਹਿਣ ਲੱਗ ਗਏ ਕਿ ਵੀ ਹੋਰ ਜਿੰਨਾ ਕੈਸ਼ ਹੈਗਾ ਹੈ ਸਾਰਾ ਫੜਾ ਦਿਓ। ਉਹਨਾਂ ਨੇ ਜਦੋਂ ਮਨ੍ਹਾ ਕੀਤਾ ਤਾਂ ਹੱਥੋਂ ਪਾਈ ਕੀਤੀ ਅਤੇ ਨਾਲ ਆਪਣੀ ਜਿਹੜੀ ਉਹਨਾਂ ਕੋਲ ਪਿਸਤੌਲ ਸੀਗੀ ਉਹ ਕੋਕ ਕਰਕੇ ਉਹਨਾਂ ਵੱਲ ਤਾਨ ਦਿੱਤੀ। ਉਹ ਹੱਥੋਂ ਪਾਈ ਕਰਦੇ ਕਰਦੇ ਮਾਮਾ ਜੀ ਨੇ ਪਿਸਤੌਲ ਖੋਹਣ ਦੀ ਕੋਸ਼ਿਸ਼ ਥੋੜ੍ਹੀ ਕੀਤੀ ਤਾਂ ਇਹਨੇ ਨੂੰ ਆਪਣਾ ਕਾਲਾ ਬੈਗ ਜਿਹੜਾ ਲੈ ਕੇ ਆਏ ਸੀ ਭਰਨ ਲਈ ਉਹ ਇੱਥੇ ਛੱਡ ਕੇ ਭੱਜ ਗਏ ਜੀ। ਨੁਕਸਾਨ ਕਿੰਨੇ? ਨੁਕਸਾਨ ਸਾਡਾ 2000 ਰੁਪਈਆ ਕੈਸ਼ ਹੈਗਾ ਜੀ ਅਤੇ 100 ਤੋਂ 150 ਗ੍ਰਾਮ ਚਾਂਦੀ ਦੀਆਂ ਚੈਨਾਂ ਸੀ। ਚੈਨਾਂ ਦੀ ਗਿਣਤੀ ਤਾਂ ਪਤਾ ਨਹੀਂ ਕਿਉਂਕਿ ਉਹ ਮੁੱਠੀ ਭਰ ਕੇ ਲੈ ਗਏ। ਇੰਨੀਆਂ ਤਾਂ ਹੋਣਗੀਆਂ ਜੀ।
ਕਿੰਨੇ ਬੰਦਿਆਂ ਕੋਲ ਗਨ ਪੁਆਇੰਟ ਸੀਗੀ? ਨਹੀਂ, ਇੱਕ ਦੇ ਕੋਲ ਪਿਸਤੌਲ ਸੀਗੀ, ਦੋ ਬੰਦੇ ਉਹਦੇ ਨਾਲ ਖੜੇ ਸੀ, ਇੱਕ ਗੇਟ 'ਤੇ ਖੜਾ ਸੀਗਾ। ਕਿੰਨੇ ਵਜੇ ਦੀ ਹੈ? 12:03 ਦੀ ਗੱਲ। ਡਰਦਾ ਮਾਹੌਲ ਤਾਂ ਹੈ, ਹੁਣ ਤਾਂ ਦੁਕਾਨ ਰਾਤ ਨੂੰ ਥੋੜ੍ਹੀ ਖੋਲ੍ਹਾਂਗੇ ਜੀ ਅਸੀਂ, ਜੇ ਦਿਨੇ ਵੀ ਇੰਨਾ ਡਰਦਾ ਮਾਹੌਲ ਬਣ ਗਿਆ। ਇੱਕ ਏਰੀਆ ਸਾਡਾ ਇਸ ਤਰ੍ਹਾਂ ਦਾ ਹੈਗਾ ਆ ਇਹ। ਪੁਲਿਸ ਵਾਲੇ ਆਏ ਸੀਗੇ, ਐਸ ਐਚ ਓ ਸਾਹਿਬ ਆ ਗਏ, ਆਸ਼ਵਾਸਨ ਦੇ ਗਏ ਕਿ ਏ ਸੀ ਪੀ ਸਾਹਿਬ ਆਏ ਕਿ ਵੀ ਕੋਈ ਅਸੀਂ ਡਰਨ ਦੀ ਲੋੜ ਨਹੀਂ ਹੈਗੀ, ਇਹਦੇ 'ਤੇ ਪੂਰੀ ਤੋਂ ਪੂਰੀ ਕਾਰਵਾਈ ਅਸੀਂ ਜਲਦ ਤੋਂ ਜਲਦ। ਤੁਹਾਡੀ ਦੁਕਾਨ ਤੋਂ ਪੁਲਿਸ ਸਟੇਸ਼ਨ ਕਿੰਨੀ ਕੁ ਦੂਰ ਹੈ? ਤਕਰੀਬਨ ਕੋਈ 500 ਮੀਟਰ ਹੋਏਗਾ ਜੀ। ਸਲੇਮ ਟਾਬਰੀ ਥਾਣਾ ਪੈਂਦਾ ਆ, ਪਰ ਸਾਡਾ ਏਰੀਏ ਦਾ ਥਾਣਾ ਸਾਡਾ ਸੁੰਦਰ ਨਗਰ ਹੈ ਜੀ। ਹੱਥੋਂ ਭਾਈ ਉਹਨਾਂ ਦੇ ਨਾਲ ਹੀ ਹੋਈ, ਉਹ ਇੱਕ ਦੂਜੇ ਨਾਲ ਬਸ ਉਹਨਾਂ ਨੇ ਉਹਨਾਂ ਦੀ ਵੈਪਨ, ਹਾਂਜੀ ਹਾਂਜੀ, ਉਹ ਸਾਰੀ ਰਿਕਾਰਡਿੰਗ ਹੈਗੀ ਆ, ਅੰਦਰ ਦੀ ਆ, ਬਾਹਰ ਦੀ ਵੀ ਹੈਗੀ ਆ। ਪਿਛਲੇ ਇੱਕ ਦੋ ਦਿਨਾਂ 'ਚ ਕੋਈ ਇਸ ਤਰ੍ਹਾਂ ਦੇ ਸੱਕੀ ਬੰਦੇ ਤੁਹਾਡੀ ਦੁਕਾਨ 'ਤੇ ਕੋਈ ਆਇਆ? ਨਹੀਂ, ਕੋਈ ਵੀ ਨਹੀਂ ਆਇਆ ਨਹੀਂ। ਅਸੀਂ ਉਸ ਤਰ੍ਹਾਂ ਦੇ ਬੰਦੇ ਪਹਿਲਾਂ ਕਦੇ ਦੇਖੇ ਵੀ ਨਹੀਂ ਹੈਗੇ ਆਪਣੀ ਦੁਕਾਨ 'ਤੇ। ਉਹ ਪਹਿਲਾਂ ਵੀ ਆਏ ਸੀਗੇ ਤਾਂ ਪਹਿਲਾਂ ਅੱਗੇ ਗਏ ਨੇ, ਫਿਰ ਉੱਥੋਂ ਮੋੜ ਕੇ ਵਾਪਸ ਆਏ ਸਕੂਟਰ, ਫਿਰ ਅੱਗਿਓਂ ਮੋੜ ਕੇ ਉਹਨਾਂ ਨੇ ਇੱਥੇ ਐਕਟੀਵਾ ਲਗਾਇਆ ਅਤੇ ਨਾਲ ਸਪਲੈਂਡਰ ਲਗਾਇਆ, ਜੋ CCTV 'ਚ ਸਾਨੂੰ ਪਤਾ ਲੱਗਿਆ। ਉਹਨਾਂ ਦੇ ਕੋਈ ਨੰਬਰ ਪਲੇਟ ਵੀ ਨਹੀਂ ਦੋਨੋਂ ਵਹੀਕਲਾਂ ਦੇ ਉੱਪਰ। ਕਿੰਨੀ ਅੱਗੇ, ਕਿੰਨੀ ਉਮਰ ਦੇ ਸੀਗੇ? ਯੰਗ ਹੀ ਸੀਗੇ, 22-23 ਸਾਲ, ਕੋਈ 24 ਸਾਲ ਦਾ, ਪੰਜਾਬੀ 'ਚ ਬੋਲਦੇ ਸੀਗੇ। ਕੋਈ ਉਹਨਾਂ ਦੀ ਹਰਕਤ ਇਸ ਤਰ੍ਹਾਂ ਹੀ ਲੱਗੀ ਵੀ ਨਸ਼ਾ ਕੀਤਾ ਹੋਵੇ? ਲੱਗਦਾ ਤਾਂ ਇਹੀ ਸੀਗਾ ਕਿ ਚੋਰੀ ਤੋਂ ਬਾਅਦ ਉਹਨਾਂ ਦਾ ਮੋਟਿਵ ਨਸ਼ੇ ਵਾਸਤੇ ਜਾਂ ਵਾਰਦਾਤਾਂ ਵਾਲੀ ਲੱਗ ਰਹੇ ਸੀਗੇ, ਜੋ ਉਹਨਾਂ ਦਾ ਬੜਿੰਗਾ ਸੀ। ਡਰ ਤਾਂ ਲੱਗਦਾ ਹੀ ਸੀਗਾ ਜੀ, ਬਿਲਕੁਲ। ਹੁਣ ਵੀ ਡਰ ਦਾ ਮਾਹੌਲ ਹੈ ਕਿ ਪਤਾ ਨਹੀਂ ਖੁੰਦਕ ਦੇ ਚੱਕਰ 'ਚ ਦੁਬਾਰਾ ਫਿਰ ਨਾ ਕਿਤੇ ਆਉਣ ਸਾਡੇ ਕੋਲ। ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਦੱਸ ਦਈਏ ਕਿ CIA 2 ਵੱਲੋਂ ਲਗਜ਼ਰੀ ਗੱਡੀਆਂ 'ਤੇ ਜਾਅਲੀ ਨੰਬਰ ਲਗਾ ਕੇ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇਸ ਗਿਰੋਹ ਦੇ 2 ਮੈਂਬਰ ਗ੍ਰਿਫਤਾਰ ਹੋਏ ਨੇ ਅਤੇ 5 ਲਗਜ਼ਰੀ ਗੱਡੀਆਂ, ਜਿਨ੍ਹਾਂ ਦੇ ਵਿੱਚ BMW, ਮਰਸੀਡੀਜ਼ ਅਤੇ ਹੋਰ ਲਗਜ਼ਰੀ ਕਾਰਾਂ ਸ਼ਾਮਲ ਨੇ, ਵੀ ਬਰਾਮਦ ਕੀਤੀਆਂ ਗਿਆ ਨੇ। ਤਾਂ ADCP ਕ੍ਰਾਈਮ ਅਮਨਦੀਪ ਸਿੰਘ ਬਰਾੜ ਦਾ ਕਹਿਣਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਾਅਲੀ ਨੰਬਰ ਲਗਾ ਕੇ ਦੂਜੇ ਸੂਬਿਆਂ ਦੇ ਵਿੱਚੋਂ ਕਾਰਾਂ ਲਿਆ ਕੇ ਲੋਕਾਂ ਨੂੰ ਵੇਚੀਆਂ ਜਾਂਦੀਆਂ ਨੇ। 2 ਦੋਸ਼ੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲੈਣੇ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹਨਾਂ ਦੋਸ਼ੀਆਂ ਦੇ ਕੋਲੋਂ ਪਿਸਤੌਲ ਅਤੇ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਕਿ ਵਰਦੀ ਪਾ ਕੇ ਜਾਅਲੀ ਆਈਕਾਰਡ ਵੀ ਬਣਾਇਆ ਹੋਇਆ ਸੀ, ਜੋ ਕਿ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ। ਅਤੇ ADCP ਦਾ ਕਹਿਣਾ ਹੈ ਕਿ ਤੀਸਰੇ ਦੋਸ਼ੀ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਜਾਂਚ ਕੀਤੀ ਜਾਵੇਗੀ, ਜੇਕਰ ਕੋਈ ਸਰਕਾਰੀ ਵਿਭਾਗ ਦਾ ਕਰਮਚਾਰੀ ਇਹਨਾਂ ਦਾ ਸਾਥੀ ਹੋਇਆ ਤਾਂ ਉਸ 'ਤੇ ਵੀ ਕਾਰਵਾਈ ਹੋਵੇਗੀ। ਲੁਧਿਆਣਾ ਕਮਿਸ਼ਨਰੇਟ ਨੂੰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਵਿੱਚ ਜਿਹੜਾ ਇੰਚਾਰਜ CA 2 ਇੰਸਪੈਕਟਰ ਰਜੇਸ਼ ਕੁਮਾਰ ਹੈ, ਉਹਨਾਂ ਦੀ ਟੀਮ ਵੱਲੋਂ 2 ਬੰਦੇ, ਇੱਕ ਅਰਸ਼ਦੀਪ ਸਿੰਘ ਉਰਫ ਅਰਸ਼, ਸੈਕਿੰਡ ਜਿਹੜਾ ਹੈਗਾ ਅਮਰਦੀਪ ਸਿੰਘ ਉਰਫ ਅਮਰ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। FIR ਨੰਬਰ 132/2024 ਦੀ ਜਿਹੜੀ ਦੁਗਰੀ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ। ਇਸ ਸੰਬੰਧੀ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਵੀ ਸਾਨੂੰ ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੀਆਂ 5 ਗੱਡੀਆਂ ਬਰਾਮਦ ਹੋ ਗਈਆਂ, ਇੱਕ BMW ਕਾਰ ਵੀ, ਇੱਕ ਮਰਸੀਡੀਜ਼ ਕਾਰ, ਇੱਕ ਕਰੇਟਾ ਕਾਰ ਹੈ। ਅਤੇ ਜਿਹੜਾ ਇਹ ਗਰੋਹ ਸੀਗਾ, ਇਹਦਾ ਮੋਡਸ ਪਰੈਂਡੀ ਇਹ ਸੀਗਾ ਵੀ ਇਹ ਜਾਅਲੀ ਜਿਹੜਾ ਇਹਨਾਂ ਡਾਕੂਮੈਂਟਸ ਤਿਆਰ ਕਰਕੇ, RC ਵਗੈਰਾ ਜਾਅਲੀ ਤਿਆਰ ਕਰਕੇ, ਬਿਨਾਂ NOC ਵਾਲੀਆਂ ਗੱਡੀਆਂ ਬਾਹਰੋਂ ਲਿਆ ਕੇ ਜਿਹੜਾ ਇੱਥੇ ਆਮ ਲੋਕਾਂ ਨੂੰ ਉਹਦੇ ਫਰਜ਼ੀ ਡਾਕੂਮੈਂਟਸ ਤਿਆਰ ਕਰਕੇ ਵੇਚਦੇ ਸੀਗੇ। ਇਸ ਵਿੱਚ ਅਸੀਂ ਜਿਹੜੀਆਂ ਹੁਣ ਤੱਕ 5 ਗੱਡੀਆਂ ਰਿਕਵਰ ਕਰਨੀਆਂ, 2 ਦੋਸ਼ੀ ਗ੍ਰਿਫਤਾਰ ਕੀਤੇ ਆ। ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਲਿਆ ਹੋਇਆ, ਅਤੇ ਸਾਡੀ ਜਿਹੜੀ ਅੱਗੇ ਤਫਤੀਸ਼ ਹੈ ਉਹ ਡੰਗਾਈ ਨਾਲ ਚੱਲ ਰਹੀ ਹੈ। ਜੋ ਹੁਣ ਤੱਕ ਸਾਡੀ ਤਫਤੀਸ਼ ਸਾਹਮਣੇ ਆਇਆ, ਉਹ ਬਿਨਾਂ NOC ਵਾਲੀਆਂ ਜਿਹੜੀਆਂ ਗੱਡੀਆਂ ਸੀਗੀਆਂ, ਉਹਨਾਂ ਦੇ ਫਰਜ਼ੀ ਜਿਹੜੇ RCs ਅਤੇ ਬਾਕੀ ਡਾਕੂਮੈਂਟ ਤਿਆਰ ਕਰਕੇ ਇਹ ਅੱਗੇ ਉਹਨਾਂ ਨੂੰ ਸੇਲ ਕਰਨ ਦਾ ਕੰਮ ਕਰਦੇ ਸੀਗੇ। ਇਸ ਵਿੱਚ ਜਿਹੜਾ 3rd ਅਕਿਊਜ਼ਡ ਹੈ, ਇੱਥੇ ਇੱਕ ਸਨੀ ਉਰਫ ਸ਼ੈਟੀ ਕਬਾੜੀਆ
ਮਾਂਡਿਆ ਨਾਂ ਦਾ ਅਕਿਊਜ਼ਡ ਆ, ਉੱਤੇ ਪਹਿਲਾਂ ਵੀ ਪਰਚੇ ਦਰਜ ਹੈ, ਉਹਨੂੰ ਵੀ ਅਸੀਂ ਕੇਸ ਵਿੱਚ ਨਾਮਜ਼ਦ ਕੀਤਾ ਅਤੇ ਉਹਦੀ ਗ੍ਰਿਫਤਾਰੀ ਲਈ ਵੀ ਸਾਡੀਆਂ ਟੀਮਾਂ ਜਿਹੜੀਆਂ ਛਾਪੇਮਾਰੀ ਕਰ ਰਹੀਆਂ। ਇਹ ਹਜੇ ਫਿਲਹਾਲ ਜਿਹੜਾ ਇਹਦੇ 'ਚ ਮੇਨ ਅਕਿਊਜ਼ਡ ਹੈ ਉਹਦੇ ਕੋਲੋਂ ਇੱਕ ਸਾਨੂੰ ਜਾਲੀ ਆਈ ਡੀ ਕਾਰਡ ਵੀ ਮਿਲਿਆ ਹੈਗਾ, ਜਿਸ ਵਿੱਚ ਇਹਨੇ ਪੁਲਿਸ ਦੀ ਯੂਨੀਫਾਰਮ ਪਾ ਕੇ ਆਈ ਡੀ ਕਾਰਡ ਫੇਕ ਬਣਾਇਆ ਹੈਗਾ, ਅਤੇ ਇੱਕ ਇਹ ਤੋਂ ਟੋਏ ਪਿਸਟਲ ਜਿਹੜੀ ਉਹ ਵੀ ਮਿਲੀ ਹੈਗੀ ਹੈ। ਬਾਕੀ ਇਹਦਾ ਅਸੀਂ ਰਿਮਾਂਡ ਲਿਆ, ਡਿਟੇਲ 'ਚ ਜਿਹੜੀ ਤਫਤੀਸ਼ ਕਰ ਰਹੇ ਹਾਂ ਵੀ ਕੋਈ ਟਰਾਂਸਪੋਰਟ ਮਹਿਕਮੇ ਦਾ ਮੁਲਾਜ਼ਮ ਤਾਂ ਨਹੀਂ ਇਹਨਾਂ ਨਾਲ ਇਨਵੋਲਵ, ਬਾਕੀ ਇਹਦੀ ਜਿਹੜੀ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ। ਇਹ ਜਿਹੜੇ ਦੋਵੇਂ ਦੋਸ਼ੀ ਅਸੀਂ ਅਰੈਸਟ ਕੀਤੇ ਆ, ਦੋਵੇਂ ਲੁਧਿਆਣੇ ਰਹਿਣ ਵਾਲੇ ਆ, ਪਲੱਸ ਜਿਹੜਾ ਤੀਜਾ ਬੰਦਾ ਅਸੀਂ ਨਾਮਜ਼ਦ ਕੀਤਾ ਜਿਸ ਨਾਲ ਇਹਨਾਂ ਦੀ ਇਨਵੋਲਵਮੈਂਟ ਸੀਗੀ ਕ੍ਰਾਈਮ ਵਿੱਚ, ਉਹ ਵੀ ਲੋਕਲ ਛਾਉਣੀ ਮਹੱਲੇ ਦਾ ਲੁਧਿਆਣੇ ਦਾ। ਇਹ ਹੁਣ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਲੈ ਕੇ ਬਾਹਰੋਂ ਹੀ ਆਉਂਦੇ ਸੀ ਇਹ ਗੱਡੀਆਂ, ਹੁਣ ਕਿਹੜੇ ਬੰਦੇ ਆ ਕਿੱਥੋਂ ਲੈ ਕੇ ਆਉਂਦੇ, ਸਾਡੀ ਤਫਤੀਸ਼ ਦੌਰਾਨ ਅਸੀਂ ਹੋਰ ਡੂੰਘਾਈ ਕਰਦੇ ਹਾਂ। ਅਸੀਂ ਉਸ ਐਂਗਲ ਤੋਂ ਵੀ ਇਹਨਾਂ ਤੋਂ ਬੜੀ ਬਰੀਕੀ ਨਾਲ ਜਿਹੜੀ ਹੈਗੀ ਹੈ ਸਾਡੀ ਪੁੱਛਗਿੱਛ ਹੋ ਰਹੀ ਹੈ ਵੀ ਇਹਨਾਂ ਨੇ ਕੋਈ ਵਾਰਦਾਤ ਤਾਂ ਨਹੀਂ ਕੀਤੀ, ਪਰ ਫਿਲਹਾਲ ਹਜੇ ਤੱਕ ਦੀ ਪੁੱਛਗਿੱਛ 'ਚ ਇਹਨਾਂ ਵੱਲੋਂ ਕੋਈ ਇੱਦਾਂ ਦਾ ਇਹਨਾਂ 'ਤੇ ਪਹਿਲਾਂ ਦਾ ਪਰਚਾ ਦਰਜ ਜਾਂ ਕੋਈ ਕ੍ਰਾਈਮ ਵਾਲੀ ਗੱਲ ਨਹੀਂ ਸਾਹਮਣੇ ਆਈ, ਪਰ ਫਿਰ ਵੀ ਅਸੀਂ ਇਹਨਾਂ ਦਾ ਰਿਮਾਂਡ, ਪੁਲਿਸ ਰਿਮਾਂਡ ਲਿਆ ਅਤੇ ਤਫਤੀਸ਼ ਚੱਲ ਰਹੀ ਹੈ। ਦੇਖੋ ਜਿਹੜਾ ਇਹਦੇ 'ਚ ਜਿਹੜਾ ਥਰਡ ਪਰਸਨ ਇਹ ਨਾਮਜ਼ਦ ਕੀਤਾ ਉਹ 'ਤੇ ਪਹਿਲਾਂ ਵੀ ਪਰਚੇ ਦਰਜ ਹੈ, ਅਤੇ ਉਹਦੀ ਇਹਨਾਂ ਨਾਲ ਜਿਹੜੀ ਇਨਵੋਲਵਮੈਂਟ ਹੁਣ ਤੱਕ ਇਹ ਆਈ ਹੈ ਵੀ ਉਹਦੇ ਨਾਲ ਰਲ ਕੇ ਜਿਹੜਾ ਇਹ ਇਕੱਠੇ ਮਿਲ ਕੇ ਕੰਮ ਕਰਦੇ ਸੀਗੇ, ਅਤੇ ਬਾਕੀ ਇਹਦੀ ਜਿਹੜੀ ਡਿਟੇਲ 'ਚ ਅਸੀਂ ਪੁੱਛਗਿੱਛ ਕਰ ਰਹੇ ਹਾਂ, ਜੋ ਵੀ ਸਪੈਸੀਫਿਕ ਰੋਲ ਆਊਗਾ ਅਸੀਂ ਤਫਤੀਸ਼ ਕਰਾਂਗੇ। ਹਜੇ ਤੱਕ ਦੇਖੋ ਸਾਨੂੰ 5 ਗੱਡੀਆਂ ਰਿਕਵਰ ਹੋਈਆਂ, ਬਾਕੀ ਇਹਦੀ ਹੋਰ ਅਸੀਂ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਾਂ। ਬਾਕੀ ਇਹ ਜਿਹੜਾ ਅਰਸ਼ਦੀਪ ਹੈਗਾ ਇਹਦੀ ਅਰਾਊਂਡ ਏਜ ਹੈਗੀ ਹੈ 30-35 ਸਾਲ ਦੇ ਕਰੀਬ ਹੈਗੀ ਹੈ। ਜਿਹੜਾ ਇਹਦੇ ਨਾਲ ਅਮਰ ਹੈਗਾ ਉਹ ਬੇਸਿਕਲੀ ਮਕੈਨਿਕ ਹੈਗਾ, ਜਿਹੜਾ ਗੱਡੀਆਂ ਚੈੱਕ ਕਰਕੇ ਦੱਸਦਾ ਵੀ ਗੱਡੀਆਂ ਦੀ ਕੀ ਸਟੇਟਸ ਹੈ, ਰੰਗ ਹੋਇਆ ਨਹੀਂ ਹੋਇਆ ਉਸ ਤਰ੍ਹਾਂ ਦੀ, ਉਹ ਥੋੜ੍ਹਾ ਏਜਡ ਹੈਗਾ, ਅਰਾਊਂਡ 45-50 ਸਾਲ ਦਾ ਲੱਗਦਾ। ਬਾਕੀ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਉਹ, ਅਸੀਂ ਜਿਹੜੀ ਇਨਵੈਸਟੀਗੇਸ਼ਨ ਇਸੇ ਕਰਕੇ ਰਿਮਾਂਡ ਲਿਆ ਹੋਇਆ, ਫਾਈਨੈਂਸ਼ੀਅਲ ਐਂਗਲ ਤੋਂ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਲੱਸ ਜਿਹੜਾ ਕੋਈ ਹੋਰ ਬੰਦਾ ਕਿਸੇ ਡਿਪਾਰਟਮੈਂਟ ਦਾ ਇਨਵੋਲਵ ਉਸ ਐਂਗਲ ਤੋਂ ਵੀ ਤਫਤੀਸ਼ ਚੱਲ ਰਹੀ। ਕੰਪਲੇਂਟ ਸੀਗਾ ਜਿਹਨੇ ਤੁਹਾਨੂੰ ਕੰਪਲੇਂਟ ਕੀਤੀ ਸੀ ਕਿ ਇਸ ਤਰ੍ਹਾਂ ਗੱਡੀਆਂ ਉਹਨੂੰ ਵੇਚੀ ਗਈ ਹੈ, ਕਿਸੇ ਕੰਪਲੇਂਟ ਇਸ ਸੰਬੰਧੀ? ਫਿਲਹਾਲ ਤਾਂ ਜਿਹੜਾ ਇਹ FIR ਪੁਲਿਸ ਵੱਲੋਂ ਰਜਿਸਟਰ ਕੀਤੀ ਗਈ ਹੈ, ਪਰ ਬਾਕੀ ਹੁਣ ਜਿਵੇਂ ਤਫਤੀਸ਼ ਦੇ ਵਿੱਚ ਕਿਸੇ ਦਾ ਆਏਗਾ, ਕਿਸੇ ਨੇ ਕੰਪਲੇਂਟ ਕੀਤੀ, ਉਹ ਪਾਰਟ ਆਫ ਇਨਵੈਸਟੀਗੇਸ਼ਨ ਡਿਟੇਲ।